ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ NIA ਲਗਾਤਾਰ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਜਿਹੜੇ ਹਥਿਆਰ ਮੁਹੱਈਆ ਕਰਵਾਏ ਗਏ ਸੀ ਜਿਹੜੇ ਹਥਿਆਰ ਆਏ ਸੀ ਪਾਕਿਸਤਾਨ ਦਾ ਇੱਕ ਸ਼ਖਸ ਸੀ ਜੋ ਹਥਿਆਰਾਂ ਦਾ ਤਸਕਰ ਹੈ ਹਾਮੇਦ ਉਸ ਦਾ ਨਾਮ ਹੈ ਹਾਮਿਦ ਵੱਲੋਂ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਇੱਕ ਮੈਂਬਰ ਦੇ ਨਾਲ ਸੰਪਰਕ ਸਾਧਿਆ ਗਿਆ ਸੀ ਦੁਬਈ ਦੇ ਵਿੱਚ ਉਹ ਉਸ ਸ਼ਖਸ ਨੂੰ ਮਿਲਿਆ ਸੀ ਜੋ ਬਲੰਦ ਸ਼ਹਿਰ ਦਾ ਰਹਿਣ ਵਾਲਾ ਸੀ ਤੁਹਾਨੂੰ ਦੱਸ ਦਈਏ ਕਿ 8 ਦਸੰਬਰ 2022 ਨੂੰ ਪੁਲਿਸ ਨੇ ਉਸ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਜੋ ਆਰਮਡ ਨਾਲ ਸੰਬੰਧਿਤ ਸੀ ਤੁਹਾਨੂੰ ਦੱਸ ਦਈਏ ਕਿ ਉਸ ਨੂੰ NIA ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਇਹ ਜਿਹੜਾ ਸ਼ਖਸ ਸੀ ਜੋ ਬਲੰਦ ਸ਼ਹਿਰ ਦਾ ਰਹਿਣ ਵਾਲਾ ਸੀ ਇਹ ਦੁਬਈ ਦੇ ਵਿੱਚ ਆਉਂਦਾ ਜਾਂਦਾ ਸੀ ਔਰ ਉੱਥੇ ਇੱਕ ਸ਼ਖਸ ਸੀ ਜਿਸ ਦਾ ਨਾਮ ਫੈਜ਼ੀ ਖਾਨ ਸੀ ਜੋ ਉੱਥੇ ਹਵਾਲੇ ਦਾ ਕੰਮ ਕਰਦਾ ਹੈ ਤੁਹਾਨੂੰ ਦੱਸਦੇ ਕਿ ਉਸ ਦੇ ਨਾਲ ਇਸ ਦੇ ਤਾਲੁਕਾਤ ਸੀ ਔਰ ਹਾਮਿਦ ਦੀ ਮੁਲਾਕਾਤ ਬਲੰਦ ਸ਼ਹਿਰ ਦੇ ਬੰਦੇ ਦੇ ਨਾਲ ਯਾਨੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਨਾਲ ਫੈਜ਼ੀ ਖਾਨ ਮੁਲਾਕਾਤ ਕਰਾਉਂਦਾ ਹੈ ਹਾਮਿਦ ਦੀ ਔਰ ਰਲ ਕੇ ਇਹ ਜੋ ਹਥਿਆਰ ਨੇ ਉਹ ਭਾਰਤ ਪਹੁੰਚਾਉਣ ਦੀ ਗੱਲ ਆਖਦੇ ਨੇ ਭਾਰਤ ਦੇ ਵਿੱਚ ਹਥਿਆਰਾਂ ਦੀ ਅਪੂਰਤੀ ਦੀ ਗੱਲ ਕਰਦੇ ਨੇ ਚਰਚਾ ਕਰਦੇ ਨੇ ਔਰ ਉਸ ਤੋਂ ਬਾਅਦ ਹਾਮਿਦ ਦੇ ਵੱਲੋਂ ਇਹ ਹਥਿਆਰਾਂ ਦੀ ਤਸਕਰੀ ਜਿਹੜੀ ਹੈ ਭਾਰਤ ਕੀਤੀ ਜਾਂਦੀ ਹੈ ਔਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਜਿਹੜਾ ਸ਼ਖਸ ਹੈ ਉਹ ਇਹਨਾਂ ਹਥਿਆਰਾਂ ਨੂੰ ਹਾਮਿਦ ਦੀ ਮਦਦ ਦੇ ਨਾਲ ਭਾਰਤ ਲਿਆਂਦਾ ਔਰ ਉਸ ਤੋਂ ਬਾਅਦ ਇਹ ਹਥਿਆਰ ਜਿਹੜੇ ਨੇ ਸ਼ੂਟਰਸ ਤੱਕ ਪਹੁੰਚਾਏ ਜਾਂਦੇ ਨੇ ਔਰ ਅਲੱਗ-ਅਲੱਗ ਕੜੀਆਂ ਜੁੜੀਆਂ ਕਿਸ ਤਰ੍ਹਾਂ ਸ਼ੂਟਰਸ ਨੂੰ ਮੂਸੇ ਪਿੰਡ ਪਹੁੰਚਾਇਆ ਗਿਆ ਸੀ ਕਿਸ ਤਰ੍ਹਾਂ ਕਈ ਜਿਹੜੇ ਹੋਰ ਸ਼ਖਸੀ ਜਿਨ੍ਹਾਂ ਨੂੰ ਇਸ ਵੇਲੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੀ ਮਦਦ ਦੇ ਨਾਲ ਇਹ ਹਥਿਆਰ ਜਿਹੜੇ ਨੇ ਉਹਨਾਂ ਸ਼ੂਟਰਸ ਤੱਕ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਉਹ ਜਿਹੜੇ ਸ਼ੂਟਰਸ ਨੇ ਉਹ ਸਿੱਧੂ ਮੂਸੇਵਾਲਾ ਨੂੰ ਮਾਰ ਦਿੰਦੇ ਨੇ ਇਹ ਸਾਰੀ ਜਿਹੜੀ ਸਾਜ਼ਿਸ਼ ਹੈ ਇਹ ਰਚੀ ਗਈ ਸੀ ਪਹਿਲਾਂ ਵੀ ਕਿਹਾ ਜਾਂਦਾ ਰਿਹਾ ਕਿ ਹਥਿਆਰ ਜਿਹੜੇ ਨੇ ਉਹ ਪਾਕਿਸਤਾਨ ਤੋਂ ਹੀ ਇੱਥੇ ਭਾਰਤ ਦੇ ਵਿੱਚ ਪਹੁੰਚਾਏ ਗਏ ਸੀ ਔਰ ਇਹ ਗੱਲਾਂ ਜਿਹੜੀਆਂ ਨੇ ਇਹ ਸਾਫ਼ ਕੀਤੀਆਂ ਜਾ ਰਹੀਆਂ ਨੇ ਇਹ NIA ਨੇ ਜਿਹੜੀ ਹੈ ਤਫ਼ਤੀਸ਼ ਕੀਤੀ ਹੈ ਉਹਨਾਂ ਦੇ ਖੁਲਾਸੇ ਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ ਕਿ ਹਾ MID ਪਾਕਿਸਤਾਨ ਦਾ ਇੱਕ ਨਾਗਰਿਕ ਹੈ ਔਰ ਹਥਿਆਰਾਂ ਦਾ ਤਸਕਰ ਹੈ ਜਿਸ ਵੱਲੋਂ ਇਹ ਹਥਿਆਰ ਜਿਸ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਉਹ ਭਾਰਤ ਦੇ ਵਿੱਚ ਪਹੁੰਚਾਏ ਸੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੀ ਮਦਦ ਦੇ ਨਾਲ ਔਰ ਇਸ ਤਰ੍ਹਾਂ ਇਹ ਸਾਰੀ ਸਾਜ਼ਿਸ਼ ਰਚ ਕੇ ਲਾਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਔਰ ਫਿਲਹਾਲ ਜਿਹੜੇ ਸ਼ੂਟਰਸ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਔਰ ਕੇਸ ਚੱਲਦਾ ਜਾ ਰਿਹਾ ਔਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਾ ਇਹ ਹੀ ਹੋ ਕਹਿਣਾ ਕਿ ਆਖਰਕਾਰ ਉਹਨਾਂ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ ਇਸ ਉੱਤੇ ਹਾਲੇ ਸਵਾਲੀਆ ਨਿਸ਼ਾਨ ਹੀ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਲਈ ਜੁੜੇ ਰਹੋ ਐਸਾ ਨਿਊਜ਼ ਦੇ ਨਾਲ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube Facebook ਔਰ Insta ਪੇਜ